ਅੰਮ੍ਰਿਤਸਰ ਗੁਰੂ ਨਗਰੀ ਵਿੱਚ ਬੀਤੀ ਰਾਤ ਗੇੜ ਕੀਮਾ ਦੇ ਥਾਣੇ ਦੇ ਬਾਹਰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਵਾ। ਮਾਮਲਾ ਪੂਰਾ ਕੀ ਆ ਇਹ ਵੀ ਗੱਲਬਾਤ ਕਰਾਂਗੇ, ਪਰ ਹੁਣ ਜਿਹੜਾ ਕਿ ਪੋਸਟਮਾਰਟਮ ਜਿਹੜਾ ਕੀਤਾ ਜਾ ਰਿਹਾ ਵਾ ਉਹ ਗੱਲਬਾਤ ਅਸੀਂ ਕਰਾਂਗੇ। ਪਰ ਹੈਰਾਨੀ ਵਾਲੀ ਗੱਲ ਆ ਕਿ ਥਾਣੇ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਅਤੇ ਉੱਥੇ ਹੀ ਮੌਕੇ 'ਤੇ ਹੀ ਲੜਕੇ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਅਤੇ ਅਸੀਂ ਗੱਲਬਾਤ ਕਦੇ ਵੀ ਕਰਾਂਗੇ। ਪਰ ਦੇਖ ਸਕਦੇ ਹਾਲਾਤ ਕੀ ਨੇ ਕਿ ਜਿਹੜਾ ਪੋਸਟਮਾਰਟਮ ਜਿਹੜਾ ਕੀਤਾ ਜਾ ਰਿਹਾ ਅਤੇ ਹੁਣ ਤੈਰ। ਹਾਂਜੀ, ਇਹ ਕੀ ਨਾਮ? ਮੇਰਾ ਨਾਮ ਅਦੁਲ ਖੰਨਾ। ਕੀ ਲੜਕੇ ਦਾ ਨਾਮ ਕੀ ਸੀ? ਵੀਨੂ। ਵੀਨੂ ਕਿੰਨੀ ਉਮਰ ਹੋਈ? ਰਜਿਸਟਰੀ ਕਰਾਈ ਇਹਨਾਂ ਨੇ, ਜਗ੍ਹਾ ਲਿੱਤੀ, ਨਵੀਂ ਜਗ੍ਹਾ ਲਿੱਤੀ ਇਹਨਾਂ ਨੇ ਗੋਲਡਨ ਐਵਨਿਊ, ਜਿੱਥੇ ਹਾਂ ਉਧਰ ਵੱਲ ਲਿੱਤੀ ਕੋਈ ਕਲੋਨੀ ਜਿਹੜੀ ਜਿੱਥੇ ਮੰਤਰੀ ਸੰਤਰੀ ਰਹਿੰਦੇ ਆ। ਉਸ ਤੋਂ ਬਾਅਦ ਸਾਡੇ ਮੰਮੀ ਨਾਲ ਰਿਹਾ, 6:30 ਵਜੇ ਆਪਣੇ ਘਰ ਆ ਕੇ ਰੋਟੀ ਪਾਣੀ ਖਾਧੀ ਇਹਨਾਂ ਨੇ ਤੇ ਸਾਰਾ ਮੰਮੀ ਨੂੰ ਕਹਿੰਦਾ, ਅੱਗੋਂ ਪਿੱਛੋਂ ਕਦੇ ਘਰ ਰੋਟੀ ਨਹੀਂ ਸੀ ਖਾਂਦਾ, ਬਾਹਰੋਂ ਹੀ ਖਾਂਦਾ ਸੀ ਜ਼ਿਆਦਾ ਤੇ ਕੱਲ੍ਹ ਕਹਿੰਦਾ ਮੈਂ ਗੋਭੀ ਵਾਲੀਆਂ ਰੋਟੀਆਂ ਖਾਣੀਆਂ, ਜਾਣੀ ਵੀ ਸਭ ਕੁਝ ਜੋ ਜੋ ਉਹਨੇ ਕਹਿਣ ਨੂੰ ਬਣਾ ਕੇ ਦਿੱਤਾ। 6:30 ਵਜੇ ਉਹਨੂੰ ਫੋਨ ਆਇਆ ਵਾ, ਫੋਨ ਆਇਆ ਤੇ ਮੁੰਡੇ ਇਹ ਵਸੀਕੇ ਨੂੰ ਫੋਟੋਆਂ ਦੇਣ ਚ ਲੱਗੀ ਜੇ ਮਾਂ ਇਹਦੀ ਤੇ ਉਸ ਤੋਂ ਬਾਅਦ ਕਹਿੰਦਾ ਵਾ ਉਹ ਬਾਹਰ ਨਿਕਲ ਗਿਆ ਤੇ ਉਸ ਤੋਂ ਬਾਅਦ ਪਤਾ ਨੀ ਕੀ ਚੱਕਰ ਹੋਇਆ ਕੀ ਨੀ ਹੋਇਆ। ਉਸ ਤੋਂ ਬਾਅਦ ਕਹਿੰਦੇ ਆ ਅਸੀਂ ਸੀਏ ਜਿਹੜਾ ਉਹਨਾਂ ਦੇ ਨਾਲ ਮੁੰਡੇ ਸੀਗੇ ਹੋਰ ਜੀ, ਉਹਨੂੰ ਮੈਂ ਪੁੱਛ ਕੇ ਆਈ, ਉਹ ਕਹਿੰਦਾ ਵੀ ਉਹ ਇਸ ਟਾਈਮ ਥਾਣੇ ਬੈਠਾ ਤੇ ਇਹਨੂੰ ਕਹਿੰਦੇ ਸੀਏ ਸਟਾਫ ਤੱਕ ਅਸੀਂ ਪੈਦਲ ਤੁਰ ਕੇ ਆਏ ਹਾਂ, 4 ਜਣੇ ਹੈਗੇ ਸੀ, ਪਤਾ ਨੀ ਕਿ 3 ਜਣੇ ਸੀ ਤੇ ਉਸ ਤੋਂ ਬਾਅਦ ਇਹਨੇ ਆਪਣੀ ਗੱਡੀ ਕੱਢੀ ਆ, ਗੱਡੀ ਦੇ ਵਿੱਚ ਬਹਿ ਕੇ ਭਗਤਾਂ ਵਾਲੇ ਚੌਂਕ 'ਚ ਆਏ ਆ ਤੇ ਉੱਥੇ 18-20 ਜਣੇ ਖਲੋਤੇ ਸੀ ਮੋਟਰਸਾਈਕਲਾਂ ਤੇ, ਇੱਕ ਮੋਟਰਸਾਈਕਲ ਤੇ 3-3 ਜਣੇ ਸੀ ਤੇ ਕਹਿੰਦਾ ਸਾਡੇ ਜਦੋਂ ਮਗਰ ਲੱਗੇ ਆ ਤੇ ਕਹਿੰਦੇ ਅਸੀਂ ਆਪਣਾ ਥਾਣੇ ਦੇ ਅੱਗੇ ਗੱਡੀ ਖਿਲਾਰੀ ਆ ਤੇ ਵੀ ਅੰਦਰ ਜਾਣ ਵਾਸਤੇ ਦੌੜਨ ਵਾਸਤੇ ਵੀ ਅਸੀਂ ਥਾਣੇ ਜਾ ਕੇ ਬਚਾ ਤੇ ਉਹਨਾਂ ਨੇ ਉੱਥੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਰਸ਼ ਹੈਗਾ ਸੀ 9:30 ਦਾ ਟਾਈਮ ਹੈਗਾ ਸੀ ਤੇ ਉੱਥੇ ਰਸ਼ ਪੈ ਗਿਆ ਤੇ ਰਸ਼ ਦੇ ਵਿੱਚ ਉਹ ਇਹ ਬਾਹਰ ਨਿਕਲਿਆ ਵਾ ਤੇ ਇਹਨੂੰ ਗੋਲੀ ਵੱਜ ਕੇ ਬਾਂਹ ਤੋਂ ਤੇ ਦਿਲ ਤੇ ਵੱਜ ਗਈ ਤੇ ਜਿਹੜਾ ਦੂਜਾ ਮੁੰਡਾ ਸੀ ਸੰਜੂ ਉਹ ਕਹਿੰਦੇ ਗੱਡੀ 'ਚ ਹੀ ਹੈਗਾ ਸੀ, ਉਹ ਮੁੜ ਕੇ ਬਾਅਦ 'ਚ ਭੱਜਾ ਜਾਨ ਬਚਾ ਕੇ ਤੇ ਜਿਹੜਾ ਇਹਨੂੰ ਟਾਰਗੇਟ ਵਿਨੂ ਨੂੰ ਟਾਰਗੇਟ ਕੀਤਾ ਗਿਆ ਸੀ? ਨਹੀਂ, 3 ਜਣਿਆਂ ਨੂੰ ਟਾਰਗੇਟ ਕੀਤਾ ਗਿਆ ਸੀ, ਸੰਜੂ ਸੀ ਮੁੰਡਾ, ਵਿਨੂ ਸੀ ਤੇ ਨਾਲ ਉਹ ਇੱਕ 4G ਜਿਹਨੂੰ ਮੁੰਡੇ ਨੂੰ ਨਾ ਤਾਂ ਉਹਦਾ ਕੁਝ ਹੋਏਗਾ, ਉਹਨੂੰ 4G ਕਹਿੰਦੇ ਤੇ ਉਹ ਭੱਜ ਗਏ ਸੀ। ਕੌਣ ਮੁੱਕੇ ਤੇ ਜਿਹੜੇ ਵਿਨੂ ਦੇ ਨਾਲ ਸੀ? ਨਹੀਂ, 4G ਤੇ ਅੰਦਰ ਚਲਿਆ ਗਿਆ ਨਾ, ਉਹ ਅੰਦਰ ਵੜ ਗਿਆ ਤੇ ਜਿਹੜਾ ਇਹ ਹੈਗਾ ਸੀ ਬਾਹਰ ਹੀ ਰਹਿ ਗਿਆ ਤੇ ਉਹ ਗੱਡੀ 'ਚ ਹੀ ਤੋਂ ਬਾਅਦ 'ਚ ਉਹ ਗੱਡੀ 'ਚ ਨਿਕਲ ਕੇ ਆਪਣੀ ਜਾਨ ਬਚਾਈ ਉਹਨੇ। ਥਾਣੇ ਤੋਂ ਬਾਹਰ ਰਾਤ ਦੇ ਟਾਈਮ 9 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਕਿ ਨਾਕੇਬੰਦੀ ਹੁੰਦੀ ਆ, ਪਰ ਉਸ ਟਾਈਮ ਜੀ ਨਾਕਾ ਇਕੱਲਾ ਹੀ ਹੈਗਾ ਸੀ ਅੰਦਰ, ਇੱਕ ਮੁਲਾਜ਼ਮ ਸੀ, ਇਕੱਲਾ ਹੀ ਡੇਟ ਤੇ ਗਏ ਹੋਣਗੇ, ਪੁਲਿਸ ਦੀਆਂ ਡਿਊਟੀਆਂ ਹੁੰਦੀਆਂ ਕਿਤੇ ਗਏ ਹੋਣਗੇ ਕਿਤੇ ਉਦੋਂ ਪਰੇ ਗਏ ਹੋਣਗੇ, ਪਰ ਭਰੀ ਮਹਿਫਲ ਦੇ ਵਿੱਚ ਘੀਮਾ ਵਾਲੇ, ਪਹਿਲੇ ਵੀ ਕਤਲ ਹੋਇਆ ਇੱਕ ਭਦਰਕਾਲੀ ਦੇ ਕੋਲ, ਹੁਣ ਫੇਰ ਹੋ ਗਿਆ ਸ਼ਰੇਆਮ ਗੁੰਡਾ ਕਰਦੀ, ਜੋ ਦੀ ਆਮ ਆਦਮੀ ਪਾਰਟੀ, ਇਹ ਕਤਲ ਤੇ ਕਤਲ ਹੋ ਰਹੇ ਆ, ਬੇਨਜਾਇਜ਼ ਮੁੰਡੇ ਮਾਰੇ ਜਾ ਰਹੇ, ਕੋਈ ਨਹੀਂ ਤਸਵੀਰਾਂ ਦਿਖਾਈਆਂ ਜਾਣ ਕਿ ਜਿੱਥੇ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ, ਕਿਉਂਕਿ ਮੌਕੇ ਦੇ ਉੱਪਰ ਹੀ ਜਦੋਂ ਥਾਣੇ ਦੇ ਬਾਹਰ ਹਮਲਾ ਹੁੰਦਾ ਤੇ ਹਮਲਾ ਹੋਣ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਤੇ ਥਾਣਿਆਂ ਦੇ ਬਾਹਰ ਜਿਹੜੀ ਸ਼ਰੇਆਮ ਜਿਹੜੀ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਨੇ। ਇਹ ਤਸਵੀਰਾਂ ਸਿਵਲ ਹੋਸਪਿਟਲ ਦੀਆਂ ਨੇ ਜਿੱਥੇ ਕਿ ਪੋਸਟਮਾਰਟਮ ਜਿਹੜਾ ਕਿ ਹੁਣ ਲੜਕੇ ਦਾ ਕਰਵਾਇਆ ਜਾ ਰਿਹਾ, 2-3 ਫਾਇਰਿੰਗ ਜਿਹੜੇ ਕਿ ਨੌਜਵਾਨ ਦੇ ਉੱਪਰ ਕੀਤੇ ਗਏ। ਮਾਤਾ ਦੇ ਕੀ ਹਾਲਾਤ ਨੇ, ਮਾਤਾ ਦਾ ਰੋ ਰੋ ਕੇ ਬੁਰੇ ਹਾਲ ਹੋ ਗਏ ਨੇ। ਮੇਰੀ ਸ਼ੋਲ ਮੇਰੇ ਪੁੱਤ ਤੇ ਪਾ ਦੋ, ਕੀ ਸ਼ਰੇ ਆਮ ਗੋਲੀਆਂ ਚਲਾਈਆਂ ਗਈਆਂ? ਹਾਏ ਮੇਰਾ ਲਾਡਲਾ ਪੁੱਤ, ਮੇਰਾ ਬੜਾ ਸੋਹਣਾ ਬੱਚਾ ਮਾਰਤਾ ਰਣੀ, ਹਾਏ ਮੇਰਾ ਬੱਚਾ,
ਓਏ ਮੇਰਾ ਬੱਚਾ ਮੈਂ ਕਿੱਦਾਂ ਜੀ, ਮੇਰਾ ਸ਼ੋਲ ਪਾਓ ਮੇਰੇ ਬੱਚੇ ਦੇ, ਹਾਏ ਦੀਦੀ ਥਾਣੇ ਦੇ ਬਾਹਰ ਉਹ ਕਾਰ ਖੋਲ ਕੇ ਅੰਦਰ ਚੱਲਾ ਸੀ, ਕਾਰ ਖੋਲ ਸ਼ਿਕਾਇਤ ਕਰਨ ਮੇਰੇ ਬੰਦੇ ਪੈ ਗਏ ਪੁਲਿਸ ਨੂੰ, ਓਹਨੇ ਥਾਣੇ ਦੇ ਬਾਹਰ ਰੋਕ ਲਈ ਨਾ ਕਾਰ, ਓਹਨੂੰ ਡਾਊਟ ਹੋ ਗਿਆ ਮਗਰ ਹੈਗਾ ਕੋਈ, ਓਹਨੇ ਮਗਰ ਲਾ ਲਈ ਕਾਰ, ਹਾਏ ਥਾਣੇ ਦੇ ਬਾਹਰ ਮਾਰ ਗਏ ਗੋਲੀ, ਐਸ ਐਚ ਓ ਸਰ ਆਪਣੀ ਕਾਰ ਚ ਲਗੇ ਓਥੇ ਅਮਨਦੀਪ ਹਸਪਤਾਲ, ਜਦੋਂ ਮੈਂ ਗਈ ਤਾਂ ਮੇਰਾ ਪੁੱਤ ਮਰਿਆ ਪਿਆ ਸੀ ਅੰਮ੍ਰਿਤਸਰ ਦੇ ਵਿੱਚ, ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਤੇ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ ਆ, ਤੇ ਜਦੋਂ ਨੌਜਵਾਨ ਨੂੰ ਪਤਾ ਲੱਗਦਾ ਕਿ ਉਹਦਾ ਪਿੱਛਾ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਆਪਣੇ ਬਚਾਅ ਵਾਸਤੇ, ਥਾਣੇ ਦੇ ਅੰਦਰ ਭੱਜਦਾ ਤੇ ਉੱਥੇ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਆ। ਆ ਦੇਖ ਸਕਦੇ ਹੋ ਕੀ ਹਾਲਾਤ ਨੇ ਉਸ ਮਾਂ ਦੇ ਤੇ ਮਾਂ ਦੇ, ਆ ਦੇਖ ਸਕਦੇ ਹੋ ਕਿ ਪਰਿਵਾਰ ਪਹੁੰਚੇ ਹੋਏ ਨੇ। ਪੋਸਟਮਾਰਟਮ ਜਿਹੜਾ ਲੜਕੇ ਦਾ ਹੋ ਗਿਆ, ਆਫਿਸਰ ਵੀ ਪਹੁੰਚੇ ਹੋਏ ਨੇ ਮੌਕੇ ਤੇ, ਤੇ ਕਿਉਂਕਿ ਗੇਟ ਕੀਮਾ ਦਾ ਮਾਮਲਾ ਦੱਸਿਆ ਜਾ ਰਿਹਾ ਵਾ ਕਿ ਜਿੱਥੇ ਨੌਜਵਾਨ ਨੂੰ ਮੌਕੇ ਤੇ ਹੀ ਮੌਤ ਹੋ ਗਈ ਨੌਜਵਾਨ ਦੀ, ਔਰ ਪੋਸਟਮਾਰਟਮ ਜਿਹੜਾ ਕੀਤਾ ਗਿਆ ਨੌਜਵਾਨ ਦਾ, ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ। ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਅਧਿਕਾਰੀਆਂ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਆ। ਪਰ ਇਹ ਤਸਵੀਰੇ ਅੰਮ੍ਰਿਤਸਰ ਦੀ ਜਿੱਥੇ ਕਿ ਐਸ ਐਸ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨ ਦੀ ਗੱਲਬਾਤ ਕਰਾਂਗੇ ਕਿ ਪੋਸਟਮਾਰਟਮ ਹੋ ਗਿਆ ਵਾ, ਅਤੇ ਆ ਦੇਖ ਸਕਦੇ ਹੋ ਕਿ ਆਫਿਸਰਾਂ ਦੇ ਨਜ਼ਰ ਵੀ ਆ ਰਹੇ ਨੇ। ਇਹ ਸਰ ਪੋਸਟਮਾਰਟਮ ਲੜਕੇ ਦਾ ਹੋ ਗਿਆ ਜੀ? ਬਿਲਕੁਲ ਜੀ ਆਫਿਸਰ, ਉਸਦੇ ਵੱਲੋਂ ਕਿਹਾ ਜਾ ਰਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਹੁਣ ਲੜਕੇ ਦਾ ਜਿਹੜਾ ਪੋਸਟਮਾਰਟਮ ਜਿਹੜਾ ਹੋ ਗਿਆ ਵਾ। ਪਰ ਹੈਰਾਨ ਵਾਲੀ ਗੱਲ ਹੈ ਕਿ ਸ਼ਰੇਆਮ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਅਤੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਆ, ਅਤੇ ਨੌਜਵਾਨ ਨੂੰ ਜਦੋਂ ਡਾਊਟ ਹੁੰਦਾ ਕਿ ਉਹਦੇ ਪਿੱਛੇ ਉਹਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਕੁਝ ਅੰਸ਼ ਪਤੇ ਨੌਜਵਾਨਾਂ ਦੇ ਵੱਲੋਂ, ਅਤੇ ਉਹ ਆਪਣੀ ਗੱਡੀ ਰੋਕ ਕੇ ਥਾਣੇ ਵੱਲ ਭੱਜਦਾ ਵਾ ਕਿ ਮੈਨੂੰ ਬਚਾਇਆ ਜਾਵੇ। ਪਰ ਮੌਕੇ 'ਤੇ ਜਿਹੜੇ ਨੌਜਵਾਨ ਉਹਦਾ ਪਿੱਛਾ ਕਰ ਰਹੇ ਸਨ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ 'ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਹੁਣ ਪਰਿਵਾਰ ਨੂੰ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।